ये हम हैं, ये हमारे म्यूजिक के मैम हैं। ਸਾਰਿਆਂ ਦਾ ਆਈ ਹੋਪ ਸਾਰੇ ਵਧੀਆ ਹੋਵੋਗੇ ਤੇ ਅੱਜ ਹੈਗਾਗਾ ਸ਼ਨੀਵਾਰ ਤੇ ਸੋਚਿਆ ਸੀਗਾ ਕਿ ਅਸੀਂ ਬਲੌਗ ਬਣਾਈਏ ਅੱਜ ਤੁਹਾਨੂੰ ਕਾਲਜ ਪੈਂਦਾ ਹੈਗਾ ਬਠਿੰਡੇ ਦੇ ਵਿੱਚ ਸੁੰਦਰਾ ਕਾਲਜ ਉਸ ਦੇ ਉਹਨਾਂ ਚੀਜ਼ਾਂ ਬਾਰੇ ਰੂਬਰੂ ਕਰਾਵਾਂਗੇ ਜਿਵੇਂ ਆਪਾਂ ਨੂੰ ਕੋਈ ਵੀ ਵਰਕ ਪੈਂਦਾ ਹੈਗਾ ਕੋਈ ਕੰਮ ਪੈਂਦਾ ਆਪਾਂ ਨੂੰ ਅਫੀਸ਼ੀਅਲੀ ਆਪਾਂ ਨੂੰ ਕਿੱਥੇ ਕਿੱਥੇ ਮਤਲਬ ਕੀ ਜਾਣਕਾਰੀ ਉਹ ਸਾਰੀ ਤੁਹਾਨੂੰ ਦੇਵਾਂਗੇ ਇਸ ਬਲੌਗ ਨੂੰ ਦੇਖਦੇ ਰਹੋ ਬਾਕੀ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰ ਲਓ ਮੇਰੇ ਨਾਲ ਹੈਰੀ ਆ ਇੱਧਰੋਂ ਪ੍ਰਕਾਸ਼ ਬਾਕੀ ਵੀ ਆਉਂਦੇ ਹੈਗੇ ਹਰ ਵੇਲੀ ਮਿਲਦੇ ਹਾਂ ਫਿਰ ਬਲੌਗ ਦੇਖੋ ਦੋਸਤੋ ਜਿਵੇਂ ਜਿਵੇਂ ਟਾਈਮ ਆਉਂਦਾ ਜਾਂਦਾ ਜਾਣ ਦਾ ਸਾਡੇ ਵਾਲਿਆਂ ਦੀਆਂ ਹਰਕਤਾਂ ਚੇਂਜ ਹੋ ਰਹੀਆਂ ਕਹਿੰਦੇ ਇਹਨਾਂ ਦੀਆਂ ਹਰਕਤਾਂ ਚੇਂਜ ਹੋ ਰਹੀਆਂ ਕੀ ਕਹਿ ਸਕਦੇ ਹਾਂ ਪਰ ਅਸਲੀਅਤ ਤਾਂ ਪਤਾ ਹੀ ਆਪਾਂ ਬਾਕੀ ਕੁਛ ਕਹਿ ਨਹੀਂ ਸਕਦੇ ਦੇਖੋ ਇੱਧਰ ਕਿਹੋ ਜਿਹੀ ਹਰਕਤਾਂ ਕਰਦੇ ਆ ਲੋਕ ਦੇਖਦੇ ਜਾ ਰਹੇ ਆ ਦੇਖੋ ਬੜਾ ਹੁੰਦਾ ਸੀ ਉੱਥੇ ਇੰਡੀਆ ਚ ਆਪਾਂ ਰਹਿੰਦੇ ਰਹੇ ਹਾਂ ਮੈਨੂੰ ਫੋਟੋਆਂ ਨਹੀਂ ਪਈਆਂ ਹੋਈਆਂ ਨੇ ਯਾਰ ਜਾਂਦੇ ਸਾਨੂੰ ਫੋਟੋ ਹੀ ਰਹਿ ਗਈਆਂ ਬੱਲੇ ਹੁਣ ਲੜਾਈ ਹੈਗੀ ਆ ਵੈਸੇ ਗੱਲ ਤਾਂ ਸਹੀ ਆ ਆਪਾਂ ਕਲਾਸ ਪੜਿਆ ਜੋ ਪੜਿਆ ਦਿਮਾਗ ਚ ਆਇਆ ਨਹੀਂ ਹੋਰ ਕਿਸੇ ਕੋਈ ਹੋਰ ਕਿਸੇ ਬੰਦਨ ਨਾ ਕਰੀਏ ਹਾਂ ਤੇ ਰੱਬ ਨੇ ਉਹ ਵੀ ਨਹੀਂ ਸੁਣੀ ਕਲਾਸ ਖਾਲੀ ਹੈ ਹੁਣ ਜਾਂਦੇ ਹਾਂ ਤੁਹਾਨੂੰ ਦਿਖਾਉਣੇ ਆ ਕਿੱਥੇ ਕਿਤੇ ਅਫੀਸ਼ੀਅਲੀ ਵਰਕ ਹੁੰਦੇ ਹੈਗੇ ਕਈ ਵਾਰ ਐਵੇਂ ਹੁੰਦਾ ਵੀ ਕੰਮ ਕੁੰਮ ਹੁੰਦੇ ਹਨਾ ਤੁਹਾਨੂੰ ਤਾਂ ਕਰਕੇ ਮਤਲਬ ਤੁਸੀਂ ਥੋੜਾ ਥੋੜਾ ਮਾਈਂਡ ਖਰਾਬ ਹੁੰਦਾ ਹੈਗਾ ਤਾਂ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਜਾ ਕੇ ਉਧਰਲੇ ਪਾਸੇ ਕਿ ਮਤਲਬ ਕਿਹੜੀ ਕਿਹੜੀ ਜਗ੍ਹਾ ਤੇ ਤੁਸੀਂ ਕੰਮ ਕਰ ਸਕਦੇ ਹੋ ਅਫੀਸ਼ੀਅਲੀ ਔਰ ਅਗਰ ਤੁਹਾਨੂੰ ਕੀ ਕੰਮ ਪੈਂਦੇ ਹੋ ਸਾਰੇ ਕੰਮ ਦਿਖਾਵਾਂਗੇ ਸਟਾਈਲੀ ਤਾਂ ਇਹ ਲਾਇਬ੍ਰੇਰੀ ਆ ਇੱਧਰਲੀ ਸਾਈਡ ਤੁਸੀਂ ਦੇਖ ਸਕਦੇ ਹੋ ਮਿੱਤਰੋ ਗਾਣਾ ਸੁਣੋ ਗਾਣਾ ਸੁਣਾਉਣ ਲੱਗੇ ਆਪਣਾ ਭਾਈ ਸਾਡੇ ਬਾਈ ਨੂੰ ਡੈਡੀਕੇਟ ਆ ਇਹ ਗਾਣਾ ਕਹਿੰਦਾ ਕਹਿੰਦਾ ਮਤ ਹੌਸਲੇ ਤੇ ਕੰਮ ਰੱਖੇ ਆ ਪਗੋਰੀ ਹੈ ਨੀ ਮੁੰਡਾ ਇੱਕੀਆਂ ਦੀ ਏਜ ਗਿਆ ਟੱਪ ਗੋਰੀ ਹੈ ਮੂਰੇ ਅੱਲੜਾਂ ਦੇ ਨੀਵੀਆਂ ਨਾ ਚੱਕੇ ਗੱਭਰੂ ਨੀ ਬਹੁਤੇ ਉੱਡਦਿਆਂ ਦੀ ਸਰੀ ਲੈਂਦਾ ਨੱਪ ਗੋਰੀ ਹੈ ਉਹ ਬਸ ਰਹਿੰਦੇ ਆ ਰਿਕਾਰਡਾਂ ਦੇ ਰਿਕਾਰਡ ਤੋੜਦੇ ਨੀ ਜਾਣ ਗੱਭਰੂ ਨੇ ਬੈਠੇ ਉੱਤੇ ਲਾਈ ਗੋਰੀ ਹੈ ਉਹ ਥੋੜਾ ਰੂੜਿਆ ਤੇ ਥੋੜਾ ਥੋੜਾ ਯਾਈ ਗੋਰੀ ਹੈ ਨੀ ਤੈਨੂੰ ਪੁੱਛਣੇ ਲਈ ਕਰਦਾ ਟਰਾਈ ਗੋਰੀ ਹੈ ਬਿਨਾਂ ਬੋਲਿਆ ਤੂੰ ਲੰਘ ਜਾਵੇਂ ਪਾ ਕੇ ਨੀਵੀਆਂ ਨੀ ਜਾਣ ਗੱਭਰੂ ਦੀ ਸਾਣ ਦੇ ਕੋ ਲਾਈ ਗੋਰੀ ਹੈ ਸੋਲਿਆ ਸੌਂਗ ਔਖੇ ਆ ਹੁਣ ਤਾਂ ਆਪਾਂ ਚੱਲਦੇ ਹਾਂ ਤੁਹਾਨੂੰ ਦਿਖਾਉਣੇ ਹੈਗੇ ਹਾਂ ਤਾਂ ਦੋਸਤੋ ਆਪਾਂ ਚੱਲ ਰਹੇ ਹੈਗੇ ਆਫਿਸ ਵੱਲ ਤੇ ਇੱਕ ਗੱਲ ਕਹਿਣੀ ਹੈ ਪਾਸ਼ਾ ਕਹੂਗਾ ਤੁਹਾਨੂੰ ਇੱਕ ਬਾਈ ਸਾਰਿਆਂ ਨੂੰ ਰਿਕੁਐਸਟ ਹੈਗੀ ਵੀ ਜੇ ਕੋਈ ਬਾਈ ਲਿਖਦਾ ਗਾ ਭਾਵੇਂ ਉਹ ਫਸਟ ਈਅਰ ਦਾ ਨਵਾਂ ਗਾ ਕੋਈ ਵੀ ਆ ਤਾਂ ਬਲੌਗ 'ਚ ਹਾਜ਼ਰੀ ਜ਼ਰੂਰ ਲਵਾਇਓ ਇੱਕ ਵਾਰੀ ਵੀ ਜਿਹਨੂੰ ਬਾਈ ਨੂੰ ਲਿਖਣ ਦਾ ਸ਼ੌਂਕ ਆ ਠੀਕ ਹੈ ਥੈਂਕ ਯੂ और ये हम है ये हमारे म्यूजिक के मैम है और ये हम मिल रहे हैं दोस्तों ये है ਜਿੱਥੇ ਤੁਸੀਂ ਕੰਮ ਵਗੈਰਾ ਜੋ ਵੀ ਤੁਹਾਨੂੰ ਪੈਂਦੇ ਆ ਇੱਥੇ ਤੁਸੀਂ ਆਪਣੇ ਸੋਲਵਰ ਕਰਵਾ ਸਕਦੇ ਹੋ ਔਰ ਇਹ ਹੈ ਜੋ ਇਹ ਹੈ ਦਫ਼ਤਰ ਇਹ ਤਾਂ ਲਿਖੇ ਨਹੀਂ ਗਾ ਇਹ ਹੈਗਾ ਆਫਿਸ ਅਤੇ ਜੋ ਵੀ ਹੈ ਨਾ ਔਰ ਇੱਧਰ ਤੁਸੀਂ ਦੇਖ ਸਕਦੇ ਹੋ ਇੱਧਰ ਆਪਣਾ ਹੈਗਾ ਜਿਹੜਾ ਇਗਜ਼ਾਮੀਨੇਸ਼ਨ ਜਿਹੜਾ ਹੈਗਾ ਰਜਿਸਟਰਾਰ ਘਰੇਲੂ ਪ੍ਰੀਖਿਆਵਾਂ ਸਾਰਾ ਇੱਧਰ ਹੁੰਦਾ ਹੈਗਾ ਇੱਧਰ ਸਾਡੇ ਪੇਪਰ ਵਗੈਰਾ ਰੱਖਦੇ ਆ ਸੋ ਇਹ ਜੇ ਅਗਰ ਤੁਸੀਂ ਕੋਈ ਕੰਮ ਪੈਂਦਾ ਹੈਗਾ ਤਾਂ ਤੁਸੀਂ ਅੱਗੇ ਜਾ ਕੇ ਉੱਧਰ ਰਾਈਟ ਹੈਂਡ ਮੁੜ ਜਾਣਾ ਔਰ ਇੱਕ ਨਵੀਂ ਜਿਹੜੀ ਬ੍ਰਾਂਚ ਬਣਾਈ ਗਈ ਹੈ ਸੈੱਲ ਬਣਾਇਆ ਹੋਇਆ ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਔਰ ਇੱਧਰ ਜਿਹੜਾ ਹੈਗਾ ਉਹ ਬ੍ਰਾਂਚ ਬਣਾਈ ਗਈ ਹੈਗੀ ਸੈੱਲ ਬਣਾਇਆ ਗਿਆ ਹੈ ਜੋ ਕਿ ਜੇ ਅਗਰ ਤੁਹਾਨੂੰ ਕੋਈ ਕੰਮ ਪੈਂਦਾ ਤਾਂ ਤੁਸੀਂ ਇੱਥੇ ਕਢਵਾ ਸਕਦੇ ਹੋ ਔਰ ਇਹ BSc ਲਾਉਣ ਹੈਗਾ ਠੀਕ ਹੈ ਤਾਂ ਦੋਸਤੋ ਇਹ ਹੈ ਕਾਲਜ ਦੀ ਕੰਟੀਨ ਚਲੋ ਇੱਧਰ ਤਾਂ ਕੀ ਲੋੜ ਪੈਂਦੀ ਹੈ ਤੁਹਾਨੂੰ ਕੀ ਕਹਿਣਾ ਸੀਗਾ ਕਿ ਕਿਆ ਕਹਿੰਦਾ ਭੁੱਖੇ ਮਰਦੇ ਸਾਰੇ ਇੱਥੇ ਆਉਂਦੇ ਤੇ ਯਹਾਂ ਪਰ ਖੱਡੇ ਉਖਾੜ ਰੱਖੇ ਹੈ ਕਹਿ ਦਿੰਦੇ ਆ ਬੰਦ ਕਰ ਦੇਖ ਕੇ ਬੰਦ ਕਰ ਦੇਣਾ ਇਹ ਰਾਹ ਬਲੌਕ ਕਰ ਰੱਖਿਆ ਹੈ ਚੇਅਰ ਵਾਈਡ ਐਂਗਲ ਵਧੀਆ ਆ ਰਿਹਾ ਹਨਾ ਵੀ ਸਹੀ ਆ ਰਹੀ ਹੈ ਵੀਡੀਓ ਵੀ ਸਹੀ ਆ ਰਹੀ ਹੈ ਉੱਪਰ ਉਹ ਵੀ ਸਹੀ ਆ ਰਿਹਾ ਸਟੇਬਲਿੰਗ ਵੀ ਹੋ ਰਹੀ ਹੈ ਯੂ ਨੋ ਅਬਾਊਟ ਦੈਟ ਆਈ ਐਮ ਟੈਕਨੀਕਲ ਗੁਰੂ ਜੀ ਤਾਂ ਸਬਸਕ੍ਰਾਈਬ ਕੀਜੀਏ ਹਮਾਰੇ ਚੈਨਲ ਕੋ ਔਰ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲੀਜੀਏਗਾ ਲੇਟੈਸਟ ਅਪਡੇਟ ਸਭਸੇ ਪਹਿਲੇ ਪਾਣੇ ਕੇ ਲੀਏ ਆਪ ਦੇਖ ਰਹੇ ਹੈ ਟੈਕਨੀਕਲ ਗੁਰੂ ਜੀ ਚਲੀਏ ਸ਼ੁਰੂ ਕਰਤੇ ਹੈ ਮੈਨੂੰ ਕਈ ਯਾਰ ਨੇ ਕਿਹਾ ਕਿ ਤੂੰ ਬਈ ਹਿੰਦੀ ਤੇ ਪੰਜਾਬੀ ਮਿਕਸ ਕਰ ਦਿੰਦਾ ਹੈਗਾ
ਤੇ ਪਰ ਯਾਰ ਬਾਬੇ ਪਤਾ ਕੀ ਗੱਲ ਹੈ ਨਜ਼ਾਰਾ ਆਉਂਦਾ ਕੁੱਤੇ ਕਹਿਣੀ ਕਰਨ ਦਾ ਨਜ਼ਾਰਾ ਆਉਂਦਾ ਤੇ ਬਾਕੀ ਤਾਂ ਹੀ ਅਸੀਂ ਮਤਲਬ ਕਰਦੇ ਹੁੰਦੇ ਹਾਂ ਵੇ ਮੈਨੂੰ ਵਹਿ ਗੱਲ ਹੈ ਵੀ ਜਿਨ੍ਹਾਂ ਨੇ ਪੰਜਾਬੀ ਵਲੋਗਿੰਗ ਦੇਖਣੀ ਆ ਉਹ ਪੰਜਾਬੀ ਵੀ ਵਲੋਗਿੰਗ ਦੇਖ ਸਕਦੇ ਆ ਔਰ ਜੇ ਹਿੰਦੀ ਦੇਖਣੀ ਹੈ ਤਾਂ ਹਿੰਦੀ ਵੀ ਦੇਖ ਸਕਦੇ ਹਾਂ ਹਮ ਜੋ ਹੈ ਉਹ ਮਿਕਸ ਕਰਕੇ ਜੋ ਆਪਕੋ ਬਤਾਤੇ ਹੈ ਜਾਂ ਕਿ ਮਤਲਬ ਵੀ ਪੰਜਾਬੀ ਵੀ ਆ ਸਕੇ ਔਰ ਹਿੰਦੀ ਵੀ ਆ ਸਕੇ ਠੀਕ ਹੈ ਬਾਕੀ ਜਿਹੜਾ ਹੈਗਾ ਕੋਈ ਗਾਣਾ ਗੁਣਾ ਹੈ ਤਾਂ ਕੋਈ ਸੁਣਾ ਦਿਓ ਆਪਾਂ ਨੂੰ ਗਾਣਾ ਯਾਰ ਕੀ ਬਹੁਤ ਆ ਬਈ ਬਾਕੀ ਯਾਰ ਸਾਰੇ ਮੈਂ ਸਟਿੱਕ ਜੀ ਫੜੀ ਹੈ ਯਾਰ ਸਾਰੇ ਜਾਣੇ ਐਂ ਦੇਖਦੇ ਆ ਪਤਾ ਨਹੀਂ ਕੀ ਕੀ ਕਰਨਾ ਹੈ ਇਹ ਕਾਲਜ ਦੇ ਵਿੱਚ ਬਾਕੀ ਅਗਰ ਤੁਹਾਨੂੰ ਵਲੌਗ ਪਸੰਦ ਆਉਂਦੇ ਆ ਤਾਂ ਆਈ ਹੋਪ ਤੁਸੀਂ ਸਾਡੇ ਚੈਨਲ ਸਬਸਕ੍ਰਾਈਬ ਕਰ ਲਿਆ ਅਗਰ ਨਹੀਂ ਕੀਤਾ ਤਾਂ ਤੁਸੀਂ ਕਰ ਸਕਦੇ ਹੋ ਤਾਂ ਮਿਲਦੇ ਕਿਸੇ ਹੋਰ ਵਲੌਗ ਦੇ ਵਿੱਚ ਉਦੋਂ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਇਸ ਵਲੌਗ ਨੂੰ ਦੇਖਣ ਲਈ